ਰਹਿ ਜੇ ਤੇ ਆਪਣੇ ਮਾਲਵੇ ਵਾਲੇ ਝੋਲੇ ਚ ਕੀ ਫਿਰਨ ਵੀ ਸਾਡੇ ਕੋਲੇ ਤਾਂ ਬਾਈ ਹੁਣ ਯਾਰ ਖੇਡਣ ਨੂੰ ਵੀ ਹੈ ਨੀ, ਕਮਾਉਣ ਨੂੰ ਵੀ ਹੈ ਨੀ। ਇਹ ਤੁਸੀਂ ਧਿਆਨ ਦਿਓ, ਜਿਹੜੇ ਇਹ ਪਲੇਅਰ ਆ ਇਹਨਾਂ ਨੂੰ ਜ਼ਰੂਰ ਮਾਣ ਸਨਮਾਨ ਦਿਓ, ਜਿਹੜੇ ਏਰੀਏ ਦੇ ਪਲੇਅਰ ਆ ਉਹ ਫੇਰ ਹੀ ਉੱਠਣਗੇ। ਹਾਂਜੀ, ਓਪਨ ਕਬੱਡੀ ਦੀਆਂ ਟੀਮਾਂ ਨੂੰ ਫਿਰ ਬੇਨਤੀ ਹੈ, ਜਿਹੜੀਆਂ ਟੀਮਾਂ ਰਹਿ ਗਈਆਂ ਆਪਦੀ ਐਂਟਰੀ ਨਾ ਕਰਾਜੋ ਬਈ। ਹਾਂਜੀ, ਉਧਰ ਕਬੱਡੀ ਓਪਨ ਦੀਆਂ ਟੀਮਾਂ ਨੂੰ ਵੀਰ ਜੀ ਨੇ ਸੱਦਾ ਦਿੱਤਾ ਹੈ। ਪਹਿਲਾਂ ਬੁਲਾਰੇ ਜਿੰਨੇ ਬੋਲ ਕੇ ਗਏ ਸਾਰਿਆਂ ਨੇ ਸੱਦਾ ਦਿੱਤਾ ਹੈ। ਹੈਲੋ, 200 ਰੁਪਈਆ ਗੁਰਸਾਗਰ ਸਿੰਘ ਬਰਾੜ ਜੰਡਵਾਲਾ ਅਤੇ ਗੁਰਮੀਤ ਸਿੰਘ ਮਾਂਡਵਾਲਾ ਉਹਨਾਂ ਵੱਲੋਂ ਧੂੜਕੋਟ ਦੀ ਸਮੁੱਚੀ ਟੀਮ ਨੂੰ 200 ਰੁਪਏ ਦਾ ਇਨਾਮ ਹੈ, ਉਹ ਆ ਕੇ ਆਪਣਾ ਸਟੇਜ ਤੋਂ ਨਾਮ ਪ੍ਰਾਪਤ ਕਰ ਲੈਣ, ਗੁਰਸਾਗਰ ਵੱਲੋਂ ਤੇ ਗੁਰਮੀਤ ਸਿੰਘ ਮਾਂਡਵਾਲਾ ਵੱਲੋਂ। ਗੁਰਮੀਤ ਸਿੰਘ ਜੀ ਗਿੱਲ ਮਾਂਡਵਾਲਾ ਅਚੇਤੇ ਤੌਰ ਤੇ ਮਾਣ ਸਨਮਾਨ ਭੇਜਦੇ ਆ ਟੀਮਾਂ ਦੇ ਲਈ, ਬਹੁਤ ਬਹੁਤ ਧੰਨਵਾਦ ਹੈ। ਪਾ ਗੱਭਰੂ ਆ ਕਬੱਡੀ, ਉਧਰ ਵਿਦੇਸ਼ਾਂ ਦੇ ਵਿੱਚ ਬੈਠੇ ਸਾਡੇ ਵੀਰ ਲਾਈਵ ਦੇਖ ਰਹੇ ਹੈ, ਸਿੱਧੀਆਂ ਤਾਰਾਂ ਜੋੜੀ ਬੈਠੇ ਹੈ। ਕਬੱਡੀ 365.com ਦੇ ਜ਼ਰੀਏ ਅੱਜ ਦਾ ਇਹ ਕਬੱਡੀ ਦਾ ਖੇਡ ਮੇਲਾ ਪੂਰੀ ਦੁਨੀਆ ਤੇ ਪੂਰੇ ਵਰਲਡ ਦੇ ਉੱਤੇ ਲਾਈਵ ਕੀਤਾ ਜਾ ਰਿਹਾ ਹੈ। ਪਾਓ ਨੌਜਵਾਨਾਂ ਅਗਲੀ ਰੇਡ, ਅੱਜ ਕਬੱਡੀ ਦਾ ਕਿੰਨਾ ਮੁੱਲ ਹੈ ਤੁਸੀਂ ਸਾਰੇ ਜਾਣਦੇ ਹੋ, ਪਰ ਪਹਿਲਾਂ ਕੱਛੇ ਬਣਾਉਣਾ ਕੌਲੀਆਂ, ਕਿ ਜਦੋਂ ਕੱਛੇ ਬਣਾਉਣਾ ਸੀ ਮੁੱਲੇ ਦਾ ਉਦੋਂ ਹੈਗੀ ਸੀ ਬੜੀ ਲਾਚਾਰ ਕੌਡੀ, ਫਿੱਡੂ ਵਰਗਿਆਂ ਇਸ ਦੀ ਕਦਰ ਪਾਈ, ਪਾਲ ਪੋਸ ਕੇ ਕੀਤੀ ਮਟਿਆਰ ਕੌਡੀ, ਜਦੋਂ ਇਸ ਨੂੰ ਜਵਾਨੀ ਦੇ ਖੰਭ ਲੱਗੇ ਉਦੋਂ ਹੋ ਗਈ ਪੂਰੇ ਪੱਪਾ ਭਾਰ ਕੌਡੀ, ਰਾਜਨਹੇੜੀ ਦੀ ਕਲਮ ਨਾ ਝੂਠ ਬੋਲੇ, ਅੱਜ ਤਾਂ ਘੁੰਮ ਗਈ ਪੂਰੇ ਸੰਸਾਰ ਕੌਡੀ, ਅੱਜ ਤਾਂ ਘੁੰਮ ਗਈ ਪੂਰੇ ਸੰਸਾਰ ਕੌਡੀ। ਲਓ ਕਬੱਡੀ ਦੇ ਮੈਦਾਨ ਦੇ ਵਿੱਚ ਆਪਾਂ ਤੱਕਾਂਗੇ, ਮੰਡਵਾਲੇ ਦੀ ਟੀਮ ਲਹਿੰਦੇ ਵਾਲੇ ਪਾਸੇ ਹੈ, ਸਕੂਲ ਵਾਲੇ ਪਾਸੇ ਹੈ, ਸੜਕ ਵਾਲੇ ਪਾਸੇ ਹੈ, ਤੇ ਗੁਰਪ੍ਰੀਤ ਮਨੀਲਾ ਵਾਲਾ ਵੀ ਇੱਕ ਪਾਸੇ ਕੰਨੀ ਲਾਈ ਬੈਠਾ ਹੈ। ਇਸ ਗੱਭਰੂ ਨੇ 5100 ਰੁਪਏ ਦੇ ਵੱਡੇ ਯੋਗਦਾਨ ਵੀ ਪਾਏ, ਗੁਰੂ ਸਾਹਿਬ ਕਿਰਪਾ ਕਰੇ। ਲਓ ਸਾਹਮਣੇ ਨੌਜਵਾਨ ਗੱਭਰੂ ਦੀ ਪਾਈ ਹੋਈ, ਇੱਕ ਪਾਸੇ ਮੁੰਡਾ ਸ਼ਕੂਰ ਵਾਲਾ, ਬਾਬਾ ਪਾਣੀ ਵਾਲਾ ਨੱਚਦਾ ਦੇਖੀ ਸਾਈਡ ਤੇ ਹੋ ਜਾ ਬਾਬੇ, ਹਾਂ ਸਪੇਅਰ ਪਾਰਟ ਨਹੀਂ ਮਿਲਦਾ ਤੈਨੂੰ ਪਤਾ ਅਸਲੀ, ਅੱਜ ਕੱਲ੍ਹ 11,000 ਰੁਪਇਆ ਸਾਡੇ ਬਾਈ ਜੀ ਦੱਸ, ਸੋਰੀ ਭਾਜੀ, ਸੋਰੀ ਜੀ, 11,000 ਰੁਪਇਆ। ਗੁਰਪ੍ਰੀਤ ਜੀ ਧੰਨਵਾਦ ਤੁਹਾਡਾ ਵੀ, ਤੇ ਪ੍ਰਬੰਧਕਾਂ ਨੇ ਦੱਸਿਆ ਭਾਜੀ ਵੀ 11,000 ਰੁਪਏ ਦੇ ਵੱਡੇ ਯੋਗਦਾਨ ਹੈ, ਸੱਚੇ ਪਾਤਸ਼ਾਹ ਲੰਬੀ ਉਮਰਾਂ ਬਖਸ਼ੇ ਭਰਾਵਾਂ ਨੂੰ। ਲਓ ਸਾਹਮਣੇ ਪਾਈ ਹੋਈ ਕਬੱਡੀ, ਇੱਕ ਛੋਟਾ ਜਿਹਾ ਬੱਚਾ ਪੁੱਜਿਆ ਕਹਿੰਦਾ ਬਾਈ ਜੀ ਨਿਗਾਹ ਕਮਜ਼ੋਰ ਹੈ, ਉਹਦਾ ਜ਼ਰੂਰ ਤੁਸੀਂ 10-20-50 ਰੁਪਏ ਦੇ ਨਾਲ ਮਾਨ ਸਨਮਾਨ ਕਰਨਾ ਹੈ, ਜ਼ਰੂਰ ਤੁਸੀਂ ਮਾਨ ਸਨਮਾਨ ਕਰਨਾ ਹੈ। ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬਿੱਟੂ ਗਿੱਲ ਜੀ, ਸੋਨੂੰ ਹਾਂਡਾ ਜੀ ਤੇ ਜੀਵਨ ਸ਼ਰਮਾ ਜੀ। ਆ ਧੂੜਕੋਟ ਦੀ ਟੀਮ ਨੂੰ ਬੇਨਤੀ ਹੈ ਕਿ ਆਪਣਾ ਨਾਮ ਲੈ ਜਾਓ ਆ ਕੇ, ਜਿਹੜੇ ਸਟੇਜ ਦੀਆਂ ਜ਼ਿੰਮੇਵਾਰੀਆਂ ਸਾਂਭੀ ਬੈਠੇ ਹੈ ਉਹਨਾਂ ਵੀਰਾਂ ਦੇ ਅਸੀਂ ਬਹੁਤ ਬਹੁਤ ਧੰਨਵਾਦੀ ਹੈ। ਸਮੁੱਚੇ ਕਲੱਬ ਦੇ ਔਰ ਸਮੂਹ ਨਗਰ ਨਿਵਾਸੀਆਂ ਦਾ ਬਹੁਤ ਵੱਡਾ ਸਹਿਯੋਗ ਹੈ। ਇਧਰਲੇ ਪਾਸੇ ਪੈਂਦੀ ਹੋਈ ਰੇਡ, ਆ ਮੁੰਡਾ ਕੌਣ ਹੈ? ਇਹ ਹੈ ਸ਼ਕੂਰ ਵਾਲਾ ਹਿੰਦਾ, ਜਦੋਂ ਪੈ ਜਾਵੇ ਹਿੰਦਾ ਉਦੋਂ ਲੱਗ ਜਾਂਦਾ ਜਿੰਦਾ, ਇੱਕ ਮਾਲਕ ਵਾਲਾ ਹਿੰਦਾ ਜਿਹਨੂੰ ਦੁਨੀਆ ਪਹਾੜ ਜਾਪੀ ਕਹਿੰਦੀ ਹੈ, ਇੱਕ ਮੇਰੇ ਵੀਰੋ ਇਹ ਸ਼ਕੂਰ ਵਾਲਾ ਹਿੰਦਾ ਜਿਹੜਾ ਇਸ ਸਮੇਂ ਲਾਉਂਦਾ ਹੋਇਆ ਜੱਫਾ, ਕਿਉਂਕਿ ਇਹ ਖਿਡਾਰੀ 2 ਸਾਲ ਕਬੱਡੀ ਤੋਂ ਦੂਰ ਰਿਹਾ, ਅੱਜ ਜਦੋਂ ਮੈਂ ਖਿਡਾਰੀ ਨੂੰ ਦੇਖਿਆ ਤਾਂ ਰੂਹ ਖੁਸ਼ ਹੋਈ ਹੈ, ਕਿਉਂਕਿ ਕੁਝ ਕੁ ਕਬੱਡੀ ਦੇ ਵਿੱਚ ਕੁਰੀਤੀਆਂ ਆਈਆਂ ਜਿਨ੍ਹਾਂ ਨੇ ਕੁਝ ਖਿਡਾਰੀ ਜਿਹੜੇ ਕਬੱਡੀ ਤੋਂ ਦੂਰ ਕਰ ਦਿੱਤੇ, ਪਰ ਹੁਣ ਪਲੇਅਰ ਸਿਆਣੇ ਹੋ ਗਏ ਹੈ, ਪਹਿਲਾਂ ਵਾਲੀ ਗੱਲ ਨਹੀਂ ਰਹੀ, ਪਲੇਅਰਾਂ ਨੇ ਆਪਣੀ ਜਵਾਨੀ ਜਿਹੜੀ ਸਾਂਭਣੀ ਸ਼ੁਰੂ ਕਰ ਦਿੱਤੀ ਹੈ, ਔਰ ਖੇਡ ਕਬੱਡੀ ਦਾ ਜਿਹੜਾ ਵੱਖਰਾ ਜਿਹਾ ਜਨੂਨ ਅੱਜ ਪੰਜਾਬੀਆਂ ਦੇ ਸਿਰ ਚੜ੍ਹ ਕੇ ਬੋਲਦਾ ਹੈ। ਮੈਦਾਨ ਦੇ ਵਿੱਚ ਅਗਲੀ ਕਬੱਡੀ ਪੈਂਦੀ ਹੋਈ, ਤੇ ਗੱਲ ਕਰ ਵੀ ਸੁਨੇਹਾ ਵਾਲਿਆ ਇਸ ਕਬੱਡੀ ਦੇ ਖਿਡਾਰੀ ਬਾਰੇ। ਇਸ ਤੋਂ ਅਗਲੇ ਮੈਚ ਦੀਆਂ ਟੀਮਾਂ ਆਪਣੀ ਤਿਆਰੀ ਰੱਖਣ। ਲਓ ਸਾਹਮਣੇ ਦੋਦਾ ਪਿੰਡ ਆ ਨੌਜਵਾਨ ਦਾ, ਸ੍ਰੀ ਮੁਕਤਸਰ ਸਾਹਿਬ ਦੀ ਧਰਤੀ ਹੈ। ਲਓ ਸਾਹਮਣੇ ਵਰਿੰਦਰ ਨੌਜਵਾਨ ਆਪਣੀ ਟੀਮ ਦੇ ਸੇ ਬਹੁਤ ਹੀ ਸੋਹਣਾ ਨੰਬਰ ਜੋੜਦਾ ਆ। ਠੀਕ 5 ਮਿੰਟ ਦੇ ਬਾਅਦ ਸਾਡੇ ਪ੍ਰਬੰਧਕ ਵੀਰ ਕਹਿੰਦੇ ਨੇ ਕਬੱਡੀ ਓਪਨ ਦੀਆਂ ਸੀਟਾਈਆਂ ਕੱਢ ਦੇਣੀਆਂ, ਬਾਅਦ ਵਿੱਚ ਕੋਈ ਟੀਮ ਐਂਟਰ ਨਹੀਂ ਕੀਤੀ ਜਾਣੀ। ਜਿੰਨੀਆਂ ਟੀਮਾਂ ਇੱਥੇ ਪੁੱਜੀਆਂ ਆਸੇ ਪਾਸੇ ਘੁੰਮ ਫਿਰ ਰਹੀਆਂ ਹੈ, ਤੇ ਜਲਦੀ ਤੋਂ ਜਲਦੀ ਆਪਣੀ ਐਂਟਰੀ ਕਰਾ ਦੇਣਾ ਕਬੱਡੀ ਓਪਨ ਦੀਆਂ ਟੀਮਾਂ। ਉੱਧਰ ਕੋਟ ਬੁੱਢੇ ਵੱਲੋਂ ਮਾਝੇ ਦੀ ਧਰਤੀ ਤੋਂ ਦੇਬਾ ਵੀ ਪੁੱਜਿਆ ਆਪਣੀ ਟੀਮ ਨੂੰ ਲੈ ਕੇ, ਆਪਾਂ ਧੰਨਵਾਦ ਕਰਾਂਗੇ ਚੰਬੇ ਦੇ ਨਿਸ਼ਾਨ ਦਾ, ਤੇ ਨਾਲ ਲੱਖਾਂ ਗੁੱਦਿਆਂ ਵਾਲਾ ਵੀਰ ਪੁੱਜਿਆ ਹੈ, ਸਾਰੇ ਭਰਾਵਾਂ ਦਾ ਧੰਨਵਾਦ ਹੈ, ਉੱਥੇ ਲੱਖਾਂ ਕੰਦ ਵਾਲੇ ਦਾ ਨਾਲ ਯਾਰ ਧਰਮਿਓਣੀ ਹੈ, ਢੀਮਾ ਵਾਲੀਆਂ ਸੱਜਣਾਂ ਦਾ ਧੰਨਵਾਦ ਹੈ, ਉੱਥੇ ਪਿੰਦਰ ਮਿਸ਼ਰੀ ਵਾਲਾ, ਜਿੰਨੇ ਬੁਲਾਰੇ ਪੁੱਜੇ
जिन्हें ऑफिशियल भी पुजे है जल वाले सेवादार दिलों धन्यवाद है। उधर महापुरुषों ने लंगर लाए हुए है उन्होंने भी धन्यवाद है। लो सामने गभरू की पाई हुई कबड्डी है। ਆਪਾਂ ਚਾਰ ਜਾਫੀਆਂ ਦੇ ਉੱਤੇ ਨਜ਼ਰ ਮਾਰਾਂਗੇ ਵੀ ਕਿਹੜਾ ਮੁੰਡਾ ਵੱਧ ਕੇ ਟਰਾਈ ਕਰੂ ਆਹ ਗਬਰੂ ਦੇ ਉੱਤੇ। ਲਓ ਸਾਹਮਣੇ ਜੱਫਾ ਲੱਗ ਚੁੱਕਿਆ, ਜੱਫਾ ਲੱਗ ਚੁੱਕਿਆ। ਮੁੱਧ ਕੀ ਤੇ ਚੰਦਬਾਜਾ ਦੋਨੇ ਟੀਮਾਂ ਜਿਹੜੀਆਂ ਨੋਟ ਕਰ ਲੈਣ। ਇਸ ਤੋਂ ਬਾਅਦ ਜਿਹੜਾ ਮੈਚ ਖੇਡਿਆ ਜਾਣਾ ਹੈ ਤੇ ਨਾਲ ਕਬੱਡੀ ਓਪਨ ਦੀਆਂ ਜਿਹੜੀਆਂ ਟਾਈਆਂ ਪਾਉਣ ਲੱਗੇ ਆ ਪ੍ਰਬੰਧਕ ਵੀਰ। ਬਾਅਦ ਦੇ ਵਿੱਚ ਕੋਈ ਟੀਮ ਇਹ ਨਾ ਆਖੇ ਵੀ ਸਾਨੂੰ ਦੱਸਿਆ ਨੀ। ਲਓ ਦੋਦੇ ਦੀ ਧਰਤੀ ਜਦੋਂ ਉਹ ਕਹਿੰਦੇ ਵੀ ਸਰਦਾਰ ਹਰਨੇਕ ਸਿੰਘ ਨੇਕੇ ਨੇ ਜਵਾਨੀ ਦੇ ਪੈਰ ਦੇ ਵਿੱਚ ਬਹੁਤ ਤਕੜੀ ਕਬੱਡੀ ਖੇਡੀ ਹੈ, ਜਿਹਦਾ ਪੁੱਤਰ ਰਾਜਾ ਭਾਵੇਂ ਕਬੱਡੀ ਨਹੀਂ ਖੇਡ ਸਕਿਆ ਪਰ ਅੱਜ ਕੱਲ੍ਹ ਨੇਕੇ ਦੇ ਪੋਤੇ ਕਬੱਡੀ ਖੇਡਦੇ ਹੈ, ਭਾਵੇਂ ਗੱਲ ਸੰਦੀਪ ਦੀ ਹੈ ਤੇ ਭਾਵੇਂ ਗੱਲ ਘੋੜੇ ਦੀ ਹੈ। ਇਹ ਹੈ ਦੋਦੇ ਦੀ ਧਰਤੀ ਦਾ, ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੀ ਧਰਤੀ ਦਾ ਇੱਕ ਕਬੱਡੀ ਦਾ ਖਿਡਾਰੀ ਤੇ ਦੂਜੇ ਪਾਸੇ ਫਿਰੋਜ਼ਪੁਰੀਆ ਫਿਰੋਜ਼ਪੁਰੀਆ ਹਿੰਦਾ ਹੰਦਿਆਂ ਦੇ ਕੋਲੇ ਟੱਕਰ ਹੈ। ਧੁੰਦ ਪੈਂਦੀ ਲੋਹੜੇ ਦੀ ਮੇਰਾ ਅੰਗ ਅੰਗ ਜਾਂਦਾ ਠਾਕਾ। ਸੀਟੀ ਮਾਰ ਰੈਫਰੀ ਆਵੇ ਮੁੰਡਾ ਭੁੱਲ ਗਿਆ ਮੋੜਾ ਕੇ ਕਰਦਾ, ਸੀਟੀ ਮਾਰ ਰੈਫਰੀ ਆਵੇ ਮੁੰਡਾ ਭੁੱਲ ਚੱਲਿਆ ਸੀ ਮੋੜਾ ਕੇ ਕਰਦਾ। ਹੁੰਦੇ ਨੇ ਬਗਾਨੇ ਪੁੱਤ ਪਰੇ ਤੋਂ ਪਰੇ, ਸਾਡੇ ਬਾਰੇ ਦਿਲ ਵਿੱਚ ਰੱਖੀ ਨਾ ਭੁਲੇਖਾ ਰੋਲ ਦਿੱਤੇ ਇੱਥੇ ਅਸੀਂ ਖਰੇ ਤੋਂ ਖਰੇ, ਸਾਡੇ ਬਾਰੇ ਦਿਲ ਵਿੱਚ ਰੱਖੀ ਨਾ ਭੁਲੇਖਾ ਰੋਲ ਦਿੱਤੇ ਇੱਥੇ ਅਸੀਂ ਖਰੇ ਤੋਂ ਖਰੇ। ਕਬੱਡੀ ਦੇ ਵਿੱਚ ਮੁੰਡੇ ਨੇ 11 ਦਾਵਾਂ ਦੇ ਵਿੱਚੋਂ 2 ਦਾਅ ਵਰਤੇ ਹੈ, 11 ਦਾਅ ਵਰਤੇ ਜਾਂਦੇ ਖੇਡ ਕਬੱਡੀ ਚ। ਔਰ ਪਹਿਲਾਂ ਗੁੱਟ ਫੜਿਆ ਫਿਰ ਕੈਂਚੀ ਮਾਰੀ ਹੈ ਪਰ ਨੰਬਰ ਤਾਵੀ ਸੋਨੀ ਪਿਪਲੀ ਵਾਲਾ ਮੇਰੇ ਵੀਰੋ ਕਬੱਡੀ ਦੇ ਮੈਦਾਨ ਦੇ ਵਿੱਚ ਅਗਲੀ ਉਡਾਣ ਭਰਦਾ ਹੋਇਆ ਗੋਲੂ ਗ੍ਰਿਪ ਜਿੱਥੇ ਮਸ਼ਹੂਰ ਹੈ ਉੱਥੇ ਗੋਲੂ ਸ਼ਕੂਰ ਵਾਲਾ ਵੀ ਵਧੀਆ ਜਾਫੀ ਹੈ। ਆਹ ਮੇਰੇ ਵੀਰੋ ਕੋਨੀ ਹੈ, ਲਓ ਛੋਟੀ ਜੀ ਉਮਰ ਹੈ ਉਮਰ ਪਰ ਵੱਡੀ ਹੈ ਵੇਖਣ ਨੂੰ ਛੋਟਾ ਜਿਹਾ ਲੱਗਦਾ ਹੈ। ਇਹ ਹੈ ਸ਼ਕੂਰ ਵਾਲਾ ਕੋਨੀ, ਲੰਮਾ ਸਮਾਂ ਹੋ ਗਿਆ ਕਬੱਡੀ ਖੇਡਦਿਆਂ ਪਰ ਅੱਜ ਵੀ ਭਾਵੇਂ ਛੋਟੇ ਵਜਨ ਦੀ ਕਬੱਡੀ ਹੋਵੇ ਤੇ ਭਾਵੇਂ 75 ਕਿਲੋ ਹੋਵੇ ਵਧੀਆ ਜਫਾ ਲਾ ਜਾਂਦਾ ਹੈ। ਪਾ ਗੱਭਰੂਆ ਕਬੱਡੀ ਤੇ ਗੱਲ ਕਰੂਗਾ ਮੇਰਾ ਕਮੈਂਡੇਟਰ ਗੁਰਚਰਨ ਸਨੇਰ। ਲਓ ਸਾਹਮਣੇ ਕਬੱਡੀ ਦੇ ਮੈਦਾਨ ਵਿੱਚ ਆਪਾਂ ਤੱਕਾਂਗੇ ਵੀ ਦੋ ਟੀਮਾਂ ਦੇ ਦਰਮਿਆਨ ਬਹੁਤ ਤਕੜਾ ਮੈਚ ਖੇਡਿਆ ਜਾ ਰਿਹਾ ਹੈ। ਜੱਫਾ ਸੋਨੀ ਮੰਡ ਵਾਲੀਆ ਵੀ ਖਾ ਚੁੱਕਿਆ ਹੈ, ਜੱਫਾ ਆਹ ਵੀ ਮੁੰਡਾ ਖਾਣ ਨੂੰ ਤਿਆਰ ਸੀ ਪਰ ਮੁੰਡੇ ਦੇ ਛੋਲੇ ਪਾਪਾ ਹੈ ਔਰ ਆਪਣੀ ਟੀਮ ਦੇ ਸੇ ਬਹੁਤ ਤਕੜਾ ਨੰਬਰ ਜੋੜਦਾ ਹੋਇਆ। ਕੁਝ ਸਮੇਂ ਦੇ ਬਾਅਦ ਅਸੀਂ ਕਬੱਡੀ ਓਪਨ ਦੀਆਂ ਟਾਈਆਂ ਕੱਢਣ ਜਾ ਰਹੇ ਹਾਂ। ਹਾਂਜੀ ਭਾਜੀ, ਇਸ ਮੈਚ ਤੋਂ ਗਿਆਨੀ ਗੁਰਚਰਨ ਸਿੰਘ ਜੀ ਜੋ ਸਾਡੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਹੈ ਉਹਨਾਂ ਨੂੰ ਬੇਨਤੀ ਹੈ ਕਿ ਆਪਣੇ ਗੱਤਕੇ ਵਾਲੇ ਸਿੰਘਾਂ ਨੂੰ ਲੈ ਕੇ ਗਰਾਊਂਡ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨ, ਕਿਉਂਕਿ ਬਾਅਦ ਦੇ ਵਿੱਚ ਓਪਨ ਦੇ ਮੈਚ ਕਰਾਉਣੇ ਆ, ਜੇ 70 ਦਾ ਪਹਿਲਾ ਰਾਊਂਡ ਚੱਲ ਰਿਹਾ 75 ਦਾ। ਸੋ ਬਾਬਾ ਜੀ ਨੂੰ ਬੇਨਤੀ ਹੈ ਕਿ ਆਪਣੇ ਗੱਤਕੇ ਵਾਲੇ ਸਿੰਘਾਂ ਨੂੰ ਲੈ ਕੇ ਗਰਾਊਂਡ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨ। ਠੀਕ ਹੈ, ਉਧਰ ਪ੍ਰਬੰਧਕਾਂ ਨੇ ਅਨਾਊਂਸ ਕਰ ਦਿੱਤਾ ਹੈ ਵੀ ਕਲਗੀ ਧਰ ਜੁਝਾਰੂ ਗੱਤਕਾ ਅਖਾੜਾ ਚੰਦਬਾਜਾ ਉਹਨਾਂ ਦੇ ਕਨਵੀਨਰ ਨੇ ਗਿਆਨੀ ਗੁਰਚਰਨ ਸਿੰਘ ਜੀ, ਉਹ ਵੀ ਆਪਣੇ ਇਹਨਾਂ ਬੱਚਿਆਂ ਦੀ ਤਿਆਰੀ ਕਰਾ ਲੈਣਗੇ ਕਿਉਂਕਿ ਉਹ ਵੀ ਜਿਹੜਾ ਸ਼ੋ ਆਪਾਂ ਸਾਹਮਣੇ ਦੇਖਾਂਗੇ ਗਰਾਊਂਡ ਦੇ ਵਿੱਚ। ਲਓ ਸਾਹਮਣੇ ਸੋਨੀ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ। ਲੈ ਵੀ ਵੀਰ ਇਸ ਤੋਂ ਅਗਲੇ ਮੈਚ ਬਾਰੇ ਇੱਕ ਵਾਰੀ ਜ਼ਰੂਰ ਦੱਸੇ ਕਿਹੜੀਆਂ ਟੀਮਾਂ ਨੇ ਕਿਹਦੇ ਨਾਲ ਖੇਡਣਾ ਹੈ। ਮੋਦਕੀ ਤੇ ਚੰਦਬਾਜਾ ਦੋਨੇ ਟੀਮਾਂ ਜਿਹੜੀਆਂ ਤਿਆਰ ਹੋ ਜਾਣ। ਲਓ ਇੱਕ ਪਾਸੇ ਸੋਨੀ ਦੀ ਪਾਈ ਹੋਈ ਕਬੱਡੀ, ਇਹ ਹੈ ਸ਼ਕੂਰ ਵਾਲਾ ਗੋਲੂ ਜਿਹੜਾ ਮੈਦਾਨ ਦੇ ਵਿੱਚ ਬਹੁਤ ਹੀ ਸੋਹਣਾ ਜਫਾ ਲਾਉਂਦਾ ਹੋਇਆ ਤੇ ਅੰਕ ਜੋੜਦਾ ਹੋਇਆ ਆਪਣੀ ਟੀਮ ਦੇ ਲਈ। ਖੇਡ ਖੇਡਾਂ ਵਿੱਚੋਂ ਵੱਡੀ ਜਿਹਨੂੰ ਆਖਦੇ ਕਬੱਡੀ ਖੇਡੀ ਜਾਂਦੀ ਹੈ ਲਾਗਤ ਜਾਨ ਮਿੱਤਰੋ, ਕਬੱਡੀ ਭੰਗੜਾ ਪੰਜਾਬੀਆਂ ਦੀ ਸ਼ਾਨ ਮਿੱਤਰੋ, ਕਬੱਡੀ ਭੰਗੜਾ ਪੰਜਾਬੀਆਂ ਦੀ ਸ਼ਾਨ ਮਿੱਤਰੋ। ਮੈਦਾਨ ਦੇ ਵਿੱਚ ਪੈਂਦੀ ਹੋਈ ਕਬੱਡੀ ਤੇ ਸਾਹਮਣੇ ਚਾਰ ਜਾਫੀ ਹੈ, ਹੁਣ ਸਮਾਂ ਦੱਸੇਗਾ 30 ਸਕਿੰਟਾਂ ਦੀ ਰੇਡ ਹੈ। ਲਾ ਉਧਰ ਚੰਦਬਾਜੇ ਵਾਲਾ ਥਾਣਾ ਦੇਖ ਰਿਹਾ ਵੀ ਗੱਭਰੂਆ 13 ਮਿੰਟ ਰੌਣਕਾਂ ਲੱਗੀਆਂ ਹੋਈਆਂ। ਲਓ ਮਾਰੀ ਜਦੋਂ ਛਾਲ ਲਾ ਕੇ ਜ਼ੋਰ ਪੱਟਾਂ ਨਾਲ ਅੱਖ ਦੇ ਝਮਕੇ ਨਾਲ ਕਮਾਲ ਜਿਹਾ ਹੋ ਗਿਆ। ਖਹਿਰਿਆਂ ਦਾ ਜੰਦੂ ਆਖੇ ਹੱਥ ਲਾ ਕੇ ਧਾਵੀ ਆ ਗਿਆ ਤੇ ਆ ਗਿਆ, ਮੈਚ ਸਮਾਪਤ ਹੈ ਗੁਰਚਰਨ। ਹਾਂਜੀ, 10ਵੀਂ ਬਾਈ ਕਿਹੜੀ ਟੀਮ ਜਿੱਤੂਗਾ ਚੱਲਦੇ ਹੋਏ ਮੈਚ ਦੇ ਵਿੱਚੋਂ। ਔਰ ਉਧਰ ਮਹਾਂਪੁਰਸ਼ ਬਾਬਾ ਹਰਬੰਸ ਸਿੰਘ ਜੀ ਜਿਨ੍ਹਾਂ ਨੇ ਗੁਰੂ ਕੇ ਲੰਗਰਾਂ ਦੀ ਸੇਵਾ ਆਪਣੇ ਖਾਤੇ ਦੇ ਵਿੱਚ ਪਾਈ ਹੋਈ ਹੈ, ਲੰਗਰ ਅਤੁੱਟ ਵਰਤਾਏ ਜਾ ਰਹੇ, ਸੰਗਤਾਂ ਛਕ ਸਕਦੀਆਂ ਨੇ ਸ਼ਰਧਾ ਦੇ ਨਾਲ। ਲਿਆ ਵੀ ਬਾਈ ਆਪਾਂ ਦੱਸੀਏ ਹੁਣ ਕਿਹੜੀ ਟੀਮ ਜਿੱਤੂ ਰਹੀ ਹੈ ਚੱਲਦੇ ਹੋਏ ਮੈਚ ਦੇ ਵਿੱਚੋਂ। ਸ਼ਕੂਰ ਦੀ ਟੀਮ 15.5 ਨੰਬਰ ਲੈ ਕੇ ਜਿੱਤੂ ਹੈ,
ਸ਼ਕੂਰ ਦੀ ਟੀਮ ਜਿੱਤੂ ਹੈ। ਮੋਦਕੀ ਤੇ ਚੰਦਬਾਜੇ ਨੂੰ ਮੇਰੀ ਬੇਨਤੀ ਆ, ਕਿਉਂ ਨਹੀਂ ਆ ਰਹੀਆਂ ਦੋਨੇ ਟੀਮਾਂ? ਮੋਦਕੀ ਵਰਸ ਚੰਦਬਾਜਾ, 2 ਮਿੰਟ ਦਾ ਸਮਾਂ, ਇਸ ਤੋਂ ਬਾਅਦ ਅਸੀਂ ਕਿਸੇ ਵੀ ਟੀਮ ਦਾ ਜਿਹੜਾ ਬਾਹਲਾ ਇੰਤਜ਼ਾਰ ਨਹੀਂ ਕਰਨਾ। ਮੋਦਕੀ ਵਰਸੇ ਚੰਦਬਾਜਾ, ਲੈ ਵੀ ਨਿੱਕਿਆ ਧੰਨਵਾਦ ਵੀਰ ਤੇਰਾ ਵੀ ਸਿਰੇ ਦੇ ਕਹਿੰਦੇ ਵੀ। ਉਧਰ ਗੁਰਚਰਨ, ਆਪਾਂ ਧੰਨਵਾਦ ਕਰਾਂਗੇ ਹਰਮਨ ਗਿੱਲ ਮਾਂਡਵਾਲਾ, ਗੁਰਮੀਤ ਗਿੱਲ ਜੀ ਕਹਿਲਗਿਰੀ ਮਾਂਡਵਾਲੇ, ਉਹਨਾਂ ਦਾ ਭਤੀਜਾ ਪਹੁੰਚਿਆ ਹੋਇਆ, ਜਿਨ੍ਹਾਂ ਵੱਲੋਂ ਅੱਜ ਮੇਰੇ ਵੀਰੋ ਹੈਂਡੀਕੈਪ ਕੁਲਦੀਪ ਸਿੰਘ ਨੂੰ ਟਰਾਈ ਸਾਈਕਲ ਦਿੱਤਾ ਜਾਣਾ ਹੈ। ਸੋ ਬਹੁਤ ਬਹੁਤ ਧੰਨਵਾਦ ਹੈ ਵਿਦੇਸ਼ਾਂ ਦੇ ਵਿੱਚ ਬੈਠੇ ਸੱਜਣਾਂ ਦਾ ਜਿਹੜੇ ਇੰਨਾ ਪਿਆਰ ਦਿੰਦੇ ਹੈ। ਹਾਂਜੀ ਮੈਕ ਓਵਰ ਟੂ ਸਟੇਜ ਜੀ। ਦੋ ਟੀਮਾਂ ਜਲਦੀ ਤੋਂ ਜਲਦੀ ਗਰਾਊਂਡ ਦੇ ਵਿੱਚ ਆਉਣ ਜੀ, ਨਾਲੇ ਭਾਜੀ ਇਸ ਤੋਂ ਅਗਲੀਆਂ ਟਾਈਆਂ ਕੱਢ ਦਿਓ। ਅਸੀਂ ਧੰਨਵਾਦੀ ਹਾਂ ਸਰਪੰਚ ਕੁਲਵਿੰਦਰ ਸਿੰਘ ਪਿੰਡ ਮਾਂਡਵਾਲਾ, ਉਹ ਵੀ ਸਾਡੇ ਦਰਮਿਆਨ ਸਟੇਜ ਤੇ ਬਿਰਾਜਮਾਨ ਹੈ। ਅਸੀਂ ਨਗਰ ਨਿਵਾਸੀਆਂ ਵੱਲੋਂ ਤੇ ਸਾਡੀ ਕਮੇਟੀ ਵੱਲੋਂ ਪੰਚਾਇਤ ਵੱਲੋਂ ਉਹਨਾਂ ਨੂੰ ਇੱਥੇ ਆਉਣ ਤੇ ਜੀਵ ਆਇਆ ਆਖਦੇ ਹਾਂ ਸਰਪੰਚ ਕੁਲਵਿੰਦਰ ਸਿੰਘ ਮਾਂਡਵਾਲਾ। ਉਧਰ ਸਰਪੰਚ ਸਾਹਿਬ ਸਾਡੇ ਆਈਆਂ ਹੋਈਆਂ ਸ਼ਖਸੀਅਤਾਂ ਦਾ ਧੰਨਵਾਦ ਕਰ ਰਹੇ ਨੇ। ਦਰਸ਼ਨ ਸਿੰਘ ਜੀ ਸਰਪੰਚ ਸਾਹਿਬ ਵੀ ਸਾਡੇ ਵਿੱਚ ਪੁੱਜੇ ਘੁਬਿਆਰੀ ਵਾਲੇ, ਜਿੰਨੀਆਂ ਸ਼ਖਸੀਅਤਾਂ ਆ ਰਹੀਆਂ ਨੇ ਤੇ ਸਟੇਜ ਦੇ ਉੱਤੋਂ ਸਾਡੇ ਪ੍ਰਬੰਧਕ ਬਹੁਤ ਹੀ ਸਤਿਕਾਰ ਦੇ ਰਹੇ ਨੇ। ਆਪਾਂ ਧੰਨਵਾਦ ਕਰਾਂਗੇ ਜਿੰਨੀਆਂ ਵੀ ਸ਼ਖਸੀਅਤਾਂ ਅੱਜ ਦੇ ਕਬੱਡੀ ਕੱਪ ਦੇ ਵਿੱਚ ਪੁੱਜ ਰਹੀਆਂ ਹੈ, ਸਾਰਿਆਂ ਦਾ ਦਿਲੋਂ ਧੰਨਵਾਦ ਹੈ। ਲਓ ਮੈਚ ਸ਼ੁਰੂ ਹੋਣ ਜਾ ਰਿਹਾ ਹੈ ਦੋ ਟੀਮਾਂ ਦੇ ਦਰਮਿਆਨ। ਮੋਦਕੀ ਦੀ ਟੀਮ ਜਿਹੜੀ ਗਰਾਊਂਡ ਦੇ ਵਿੱਚ ਪਹੁੰਚ ਚੁੱਕੀ ਹੈ, ਚੰਦਬਾਜੇ ਦੀ ਟੀਮ ਜਿੱਥੇ ਵੀ ਮੇਰੀ ਆਵਾਜ਼ ਸੁਣਦੀ ਹੈ ਜਲਦੀ ਤੋਂ ਜਲਦੀ ਗਰਾਊਂਡ ਦੇ ਵਿੱਚ ਪਹੁੰਚੇ ਚੰਦਬਾਜਾ। ਚੰਦਬਾਜਾ ਮੇਜ਼ਬਾਨ ਟੀਮ ਤੇ ਮੋਦਕੀ, ਉੱਧਰ ਸਾਡੇ 12:30 ਜਾਂ 13, ਇਹ ਦੋਨੋਂ ਟੀਮਾਂ ਨੋਟ ਕਰ ਲੈਣਾ। ਲੈ ਵੀ ਨਿੱਕੇ ਹੁਣ 12:30 ਤੇ 13 ਤੇ ਜਿੱਤਾਰ ਦੇ ਫੈਸਲੇ ਹੋਣਗੇ, ਇੱਥੇ ਗੁਰੂ ਸਾਹਿਬ ਦੀ ਕਿਰਪਾ ਹੈ। ਉੱਧਰ ਗੁਰਪਿਆਰ ਕਲੇਰ ਨੇ ਕਹਿੰਦੇ ਦੁਨੀਆ ਪੱਪਾਂ ਤੇ ਕੀਤੀ ਸਮੇਂ ਦੇ ਨਾਲ, ਉਹ ਵੀ ਸਾਡਾ ਵੀਰ ਕਬੱਡੀ ਦਾ ਸਟਾਰ ਪੁੱਜਿਆ ਹੋਇਆ ਹੈ, ਨਾਲ ਸਾਡਾ ਵੀਰ ਟੁੱਡੀ ਵਾਲਾ ਸੇਵਕ ਵੀ ਪੁੱਜਿਆ ਹੋਇਆ, ਸਾਰੇ ਭਰਾਵਾਂ ਦਾ ਦਿਲੋਂ ਧੰਨਵਾਦ ਹੈ। ਟੁੱਡੀ ਵਾਲਾ ਜੱਗਾ ਵੀ ਪੁੱਜਿਆ ਹੋਇਆ, ਜਿਹਨੇ ਥੋੜੇ ਦਿਨ ਹੋਏ ਹੈ ਗੁਰੂ ਕਾ ਅੰਮ੍ਰਿਤ ਧਾਰਨ ਕਰ ਲਿਆ, ਉਸ ਖਿਡਾਰੀ ਦਾ, ਉਸ ਪਲੇਅਰ ਦਾ ਬਹੁਤ ਬਹੁਤ ਧੰਨਵਾਦ ਹੈ ਜਿਹਨੇ ਹੋਲੇ ਮਹੱਲੇ ਦੇ ਗੁਰੂ ਦੀ ਸਿੱਖੀ ਨੂੰ ਧਾਰਨ ਕੀਤਾ ਹੈ। ਖਿਡਾਰੀਆਂ ਦਾ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਹੈ ਜਿਹੜੇ ਇਸ ਕਬੱਡੀ ਦੇ ਨਾਲ ਨਾਲ ਸਿੱਖੀ ਨੂੰ ਕਾਇਮ ਕਰ ਰਹੇ ਹੈ। ਪਹਿਲਾਂ ਪ੍ਰਬੰਧਕਾਂ ਦੇ ਨਾਲ ਸੰਪਰਕ ਕਰੋ, ਫਿਰ ਜਿਹੜੀ ਗੱਲ ਚੱਲੀ। ਉੱਧਰ ਕਲਗੀਧਰ ਜੁਝਾਰੂ ਗੱਤਕਾ ਅਖਾੜੇ ਦੇ ਵੀਰ ਜਿਹੜੇ ਪਹੁੰਚ ਚੁੱਕੇ ਆ, ਮੈਂ ਬੇਨਤੀ ਕਰਦਾ ਵਾਂ ਸਿੱਧੇ ਗਰਾਊਂਡ ਦੇ ਵੱਲ ਆਉਣਗੇ। ਸਾਡੇ ਪ੍ਰਬੰਧਕਾਂ ਨੇ ਪਹਿਲਾਂ ਸੱਦਾ ਦੇ ਦਿੱਤਾ ਹੈ ਕਿ ਆਪਾਂ ਜਿਹੜਾ ਇਹ ਵੀ ਸ਼ੋਅ ਦਿਖਾਵਾਂਗੇ। ਸਾਢੇ 10:30 ਮਾਸਟਰ ਜੀ, ਮੈਂ ਨੀ ਕਹਿੰਦਾ, ਪ੍ਰਬੰਧਕ ਕਹਿ ਰਹੇ ਨੇ ਬਾਈ ਠਾਣੇ ਹੋਣੇ ਵੀ ਜਿਹੜਾ ਮੈਚ ਆ ਨਾ, ਆਪਣੇ ਕੋਲ ਟੀਮਾਂ ਹੁਣ ਕਬੱਡੀ ਓਪਨ ਦੀਆਂ ਵੀ ਕਾਫੀ ਆ ਗਈਆਂ ਤੇ ਮੈਚ ਸਮੇਂ ਨਾਲ ਜਿਹੜੇ ਸਿਰੇ ਲੱਗ ਜਾਣ ਸੱਚੇ ਪਾਤਸ਼ਾਹ ਦੀ ਮਿਹਰ ਦੇ ਨਾਲ, ਤੇ ਮੈਚ ਦੇ ਉੱਤੇ ਬਿੰਦਰ ਮਿਸ਼ਰੀ ਵਾਲਾ ਮਿਸ਼ਰੀ ਵਰਗੇ ਬੋਲ ਹੈ ਤੇ ਨਾਲ ਮਨਦੀਪ ਸਾਡਾ ਵੀ ਸੁਲਿਆਣੀ ਵਾਲਾ। ਠਾਣੇ ਠਾਣੇ ਇੱਧਰ ਠਾਣੇ, ਕਿਰਪਾ ਕਰਕੇ ਆਪ ਹੀ ਟਾਈਮ ਨੂੰ ਐਡਜਸਟ ਕਰ ਲਓ ਤੁਸੀਂ, ਹੁਣ ਤੁਹਾਨੂੰ ਤਾਂ ਪਤਾ ਹੈ। ਤੇ ਕਿਰਪਾ ਕਰਕੇ ਇਹ ਜਿਹੜੀਆਂ ਟੀਮਾਂ, ਇਹ ਤੋਂ ਬਾਅਦ ਆਪਾਂ ਨਾਲ ਦੀ ਨਾਲ ਅਗਲੀਆਂ ਟਾਈਆਂ ਉਸ ਤੋਂ ਬਾਅਦ ਕਬੱਡੀ ਓਪਨ ਦੇ ਮੈਚ ਕਰਾਉਣੇ ਆ। ਬਹੁਤ ਬਹੁਤ ਧੰਨਵਾਦ ਕਿਉਂਕਿ ਆਪ ਕਬੱਡੀ ਖੇਡੀ ਆ, ਤਜਰਬੇ ਉਸ ਖੇਡੀ ਹੋਈ ਕਬੱਡੀ ਚੋਂ ਆਪਾਂ ਕਿਵੇਂ ਜਿਹੜੇ ਮੈਚ ਜਲਦੀ ਨਾਲ ਸਮਾਪਤੀ ਵੱਲ ਲੈ ਕੇ ਜਾਣੇ ਆ, ਕਿਵੇਂ ਚੰਗੇ ਮੈਚ ਜਿਹੜੇ ਦਰਸ਼ਕਾਂ ਨੂੰ ਦਿਖਾਉਣੇ ਆ। ਇਹ ਕਬੱਡੀ ਦੇ ਖਿਡਾਰੀਆਂ ਦੀ ਧਰਤੀ ਹੈ, ਪ੍ਰਬੰਧਕ ਵੀਰਾਂ ਦੀ ਮਿਹਨਤ ਕੀਤੀ ਹੋਈ ਹੈ ਅੱਜ ਚੰਦਬਾਜੇ ਦੀ ਧਰਤੀ ਤੇ। ਮੋਦਕੀ ਦੀ ਜਿਹੜੀ ਟੀਮ ਹੈ ਉਹ ਟੀਮ ਇੱਧਰ ਚਲੀ ਗਈ ਆ ਸ਼ਿਪ ਦੇ ਵਾਲੀ ਸਾਈਡ, ਚੰਦਬਾਜੇ ਦੀ ਟੀਮ ਜਿਹੜੀ ਹੈ ਉਹ ਚੜ੍ਹਦੇ ਵਾਲੇ ਪਾਸੇ ਚਲੀ ਗਈ ਹੈ, ਜਾਣੀ ਕਿ ਵਾਟਰ ਬਾਕਸ ਵਾਲੀ ਸਾਈਡ ਚਲੀ ਗਈ ਹੈ। ਪਹਿਲੀ ਕਬੱਡੀ ਮੋਦਕੀ ਦੀ ਧਰਤੀ ਦਾ ਸਤਨਾਮ ਪਾਉਣ ਦੇ ਲਈ ਚੱਲਿਆ। ਮੋਦਕੀ ਨਗਰ ਸ਼ਹੀਦਾਂ ਦਾ ਇੱਕ ਮੇਰੇ ਵੀਰੋ ਨਗਰ ਗਿਣਿਆ ਜਾਂਦਾ ਹੈ, ਜਿੱਥੇ 1845 ਤੇ 46 ਦੀ ਲੜਾਈ ਜਿਹੜੀ ਪ੍ਰਸਿੱਧ ਹੋਈ ਹੈ। ਲਾ ਇਸ ਸਮੇਂ ਕਬੱਡੀ ਪਾਉਂਦਾ ਹੋਇਆ ਮੋਦਕੀ ਵਾਲਾ ਸਤਨਾਮ, ਤੇ ਦੂਸਰੇ ਪਾਸੇ ਚੰਦਬਾਜੇ ਵਾਲਾ ਇਹ ਬੱਲੇ 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 ਬੱਲੇ, ਵਾਹ ਮੁੰਡੇ ਨੇ ਮੰਜੀ ਤਾਂ ਲੈ ਲਈ ਆ ਪਰ ਪਾਵੇ ਚਾਰੇ ਹੀ ਹਿੱਲ ਗਏ ਹੈ, ਮੰਜੀ ਲੈ ਲਈ ਹੈ ਪਰ ਪਾਵੇ ਚਾਰੇ ਹੀ ਹਿਲਾਤੇ ਆ ਚੰਦਬਾਜੇ ਵਾਲੇ ਨੇ।
कमाल कर दिती है पा गबरू है कबड्डी। तो मेरी बेनती है मिश्री वाले का बिंदर जिथे भी मेरी आवाज सुनता मैक से आए, मिश्री वाले का बिंदर मनदीप सलियाणी दोनों जड़े रल मिल के सुवावा देंगे। उस तो बाद जिमें जिमें समा मिलता चलूगा तुहाडे नाल जरूर सांझ पावांगे। सो मेरी बेनती है कबड्डी ओपन दीआं टीमां नूं एक बारी लास्ट जिहड़ी बेनती है प्रबंधक वीरां दे वल्लों, जिन्नियां भी कबड्डी ओपन दीआं टीमां साडे कोल पहुंचियां होईआं है वह जल्दी दे नाल अपनी एंट्री भी जमा करवा देण। ते नाल तूतां वाले मेरी बेनती है बिट्टू तूतां दी टीम दी एंट्री आ गई है, एंट्री नहीं आई हो एंट्री पहुंचदी कर दिओ। चंदना दी एंट्री आ गई है, ठीक है ठीक है जी ठीक है, जिहड़ा टीमां दी हजे तक एंट्री नहीं पहुंची वह एंट्री पहुंचदी कर दिओ। चार टीमां दी रहिंदी है साढ़े दरम्यान पिंड पक्का दे ठीक है 300 वह भी पहुंचे है, उन्होंने इतने आने से जीवन आख्या जाता है। आज जी स्टेज पर आज सरपंच साहब मोदी टीम वाली बहुत बहुत धन्यवाद। अगली गल बिंदर मिश्री वाला मनदीप सलियाणी। वाहेगुरु जी मोदी टीम वाली वाला भी सानू स्टेज से मिले कि मोदी भाई लो खेड के मैदान सतनाम का मेरे भीरो मोदकी पिंड है कि गुरु ग्रंथ साहब नू मत्था मैं टेकता हाँ दसा गुरुआ नू होवे प्रणाम मेरी बाणी गुरु है जानदा जग सारा बाणी जिंद ते बाणी है जान मेरी तेरे नाम तो शुरू मैं करन लगा देवो आग्या चले जुबान मेरी मखण बराड़ दे बख्श गुणा दाता होवे सब नू फतेह प्रवान मेरी होवे सब नू फतेह प्रवान मेरी। लो खेड दे मैदान दे विच मेरे भीरे बहुत ही तकड़ा मुकाबला एक पासे मुद्दकी ते दूसरे पासे मेजबान नगर की टीम है। आ नौजवान का वेट मेरे भीरो 62 किलो मसा होना है 58 दे विच भी टॉप दीआं कबड्डियां पाउंदा है अज कबड्डी 75 दे विच मेरे भीरो टॉप दे धावे बोलदा है साजन मुद्दकी वाला कबड्डी पाउंदा खेड दे मैदान दे विच कि इह धरती गुरुआं पीरां दी करतार सिंह सराभे दी इन्हां सब कुरबानी कीती है गल चलदी नानक बाबे दी इत्थे शीश तली ते धर लैंदे ते अणख लई ही जिउंदे ने यह धरत मेरे पंजाब दी इत्थे शेर ही पैदा होंदे ने यह धरत मेरे पंजाब दी इत्थे शेर ही पैदा होंदे ने। वाकई सूरबीर योधा दी धरती है महान गुरुआं दी धरती है ते अज मेरे भीरो रंगले पंजाब दी रंगली धरती रंगले पंजाब दा प्रसिद्ध जिला फरीदकोट ते अज रौनकां लगियां इस नगर दे विच चंद बाजा नगर किसी जान पहचान दा मोहताज नहीं आए साल दी तरह दूसरा एक कबड्डी दा महाकुंभ इस धरती ते करवाया जा रहा है। धन धन बाबा कान भगत जी जिदियां दुनिया गल्लां करदी है ओ दुनिया दा वडभागा बंदा जीते रहत तेरे दर्दी है वाकई अज उन्हां दी कृपा दे नाल उन्हां दी याद दे विच रौनकां लगियां समुचे नगर नूं आपां वधाई देवांगे समुचा नगर नगर निवासी पिंड दी पंचायत ते खास तौर ते प्रबंधकी कमेटी दा बहुत बहुत धन्नवाद है। लो चंद बाजे वाला भज्जा जांदा ते पॉइंट अपनी टीम दे हिस्से जोड़दा प्रदीप उधर कबड्डी ओपन दीआं साडे वीर टाइयां कढ रहे हैं ये नोट कर लेना टीमों के खिडारी कबड्डी ओपन दीआं टाइयां भीर उधर कढ रहे हैं जी। अगले राउंडा की लैसट है जी भीर जी पहुंचती कर दी जाए कबड्डी 75 के मैचों की जी अगली लैसट पहुंचती की जाए। हाँ जी मनदीप जी अगलिया जी मेरी भी टाइया मुकम्मल करके जी लिस्ट लिस्ट पूछती करो ग्राउंड ना खाली हो जे गत्के जौर देखने हैं तो वह भी प्रबंधक दस देन। लोग खेड के मैदान गुआढ़ी नगर मेरे भीरो आ नौजवान का घोलिया पिंड है गुरविंदर ओपन दे विच भी बल्ले बल्ले करवाउंदा ते अज मुदकी दे लई जफे लाउण दी गल करदा पर पॉइंट नौजवान चंद बाजे वाला अपनी टीम दे हिस्से जोड़दा होया इस मैच तों बाद गतके दे जौहर दिखाए जाणगे। सो इस मैच तों बाद बाबा जी नूं बेनती है कि अपनी टीम लैके ग्राउंड विच पहुंचण इस मैच तों बाद। इधर कहिंदे ने भी साजन मेरे वीरो मुदकी वाला इस समय मैदान विच कबड्डी पाउंदा होया है यह है साजन मुदकी वाला भावे मुंडे की उम्र छोटी है पर तजर्बा बड़ा पाली बैठा है यह है साजन मुदकी वाला मैच जिहड़ा समाप्त है। विक्की मास्टर जी दसो जी किन्ने पॉइंट केड़ी टीम दे केड़ी टीम जिहड़ी जेतू है इस मुकाबले दे विचों मुदकी की टीम दे पॉइंट ने जी 10.5 चंदबाज की टीम दे पॉइंट ने जी 3
इस मुकाबले मोदकी की टीम जी जेतू रही है। सो मैं बेनती करांगा बाबा जी गटके की टीम जिहड़ी पुजी हुई है, सो गटके दे करतब आपां देखांगे, दर्शक वीर आनंद माणनगे। वाकई अज समुचे नगर लई वधाई दी गल है, क्योंकि बड़ा मान सम्मान है कबड्डी के खिडारियों का। कबड्डी ओपन दे विच जिथे मेरे वीरो बेस्ट रेडर ते बेस्ट जाफी नूं मोडीफाई जिहड़े स्कूटर दिते जाने है, उधर साडे वीर ठाणे दा जिहड़ा बुलेट दे नाल मान सम्मान किया जाना है। साडे वीर गुरप्रीत, हाँ जी मैं बेनती करता है साडे वीर कबड्डी 75 दीआं टीमां दी जिहड़ी अगली लिस्ट आ पहुंच कीती जावे, कबड्डी 75 दे अगले मैच दी लिस्ट जिहड़ी पहुंच कीती जावे। नाल ही प्रबंधक वीर जे गत्तके दी टीम कृपा करके पहुंच चुकी है तां ग्राउंड दे विच आ जावे गत्तके दी टीम। बाबा जी नूं बेनती है कि गत्तके वाले सिंघां नूं लैके छेती तों छेती ग्राउंड विच पहुंचो, फिर उस तो बाद आप अपने मैच शुरू करवा सकीए। हाँ जी बाबा जी नूं बेनती करदे आ जी। धन्नवादी हाँ जयपाल स्टूडियो जो कि कल तो अपनी सेवा निभा रहे हैं, जुगी टेंट हाउस दयाल टेंट हाउस उन्होंने भी धन्नवादी हाँ। जो भी कोई भी किसी किस्म की कली वाले वीर पानी वाले वीर लंगर वाले वीर असी सारे धन्नवादी हाँ, जिन्होंने कि अपन जिम्मेवारियां बहुत जिम्मेवारी निभाइया, धन्यवाद। अगलिया टाइया जेडे साडे प्रबंधक वीर कृपा करके मुकम्मल कर लैन। ओपन दिया टाइया जे ओपन दे मैच करवाने जे 75 दे मैच करवाने जो भी प्रबंधकों का फैसला होगा, बहुत बहुत धन्यवाद आ साडी सारी ही प्रबंधकी कमेटी का, क्योंकि जेडे अजिहे कबड्डी के कप करवाने दर्शक वीर एक जां दो बंदिया दे वस की गल नहीं हुंदी। हाँ जी भाई जी असीं 75 किलो के अगले राउंड दीआं टाइया कढ़न लगे हैं, संबंधित टीमां नूं बेनती है भी जाके एक एक बंदा भेजने का भेज दिओ। आप कबड्डी 75 किलो भार वर्ग दीआं टीमां ध्यान देण, साडे प्रबंधक वीर टाइया कढ़न जा रहे आ। हरेक टीम का एक एक जिहड़ा प्लेयर वो आ सकता है, क्योंकि पहला भी निरपक्ष फैसले ले गए हैं तो हुण भी किसी टीम नाल कोई पक्षपात नहीं होगा। हाँ जी बाई जी कैरी ऑन। हेलो बहुत घटी देना 65 किलो का फाइनल मैच होना, उन्होंने टीमों को भी कर दो भी तैयार रहना गत्तके तो बाद 65 किलो का फाइनल। कबड्डी 65 किलो भार वर्ग दिया फाइनल मैच दिया दोहे टीम ग्राउंड के पुज जान, गत्तके तो बाद कबड्डी 65 किलो भार वर्ग का फाइनल मुकाबला करवाया जाएगा। तुसी देख ही रहे हो कि ज्ञानी गुरचरण सिंह जी जो साडे गुरद्वारा साहब के हेड ग्रंथी है, उन्होंने किस तरह नौजवान पीढ़ी नू अपने नाल जोड़ के गुरसिखी वाला सारे ने पहरावा पहन के सारे नू गुरसिख बनाया। सो असी बाबा जी दे भी बहुत धन्नवादी हाँ जिन्होंने कि अपने टाइम विचों टाइम कढ़ के गत्तके वाली इस टीम नू लै के संगतां नू जोर दिखाउणे हन। बहुत बहुत धन्यवाद 3100 वाले वीरां दे असीं दुबारा फिर ना बोलन लगे हन, कृपा करके वो अपने आके सम्मान चिन्ह स्टेज तो हासिल करन। गुरा सिंह दयाल, सुखदेव सिंह गिल, जोगिंदर सिंह बराड़, कुलवंत हांडा जी, सुखचैन सिंह बराड़, बूटा सिंह दयाल, कुलजिंदर सिंह जेई, राजपाल सिंह गिल, सेवक सिंह, अभिजीत सिंह ढिल्लों, हरिंदर सिंह ढिल्लों, बग्गा दुबई, हरमन बराड़, गुरलाल सिंह गिल। सो जिहड़े जिहड़े वीर इत्थे हैगे आ उह आ के उह अपना अपना सन्मान चिन्ह हासिल करन, बहुत बहुत मेहरबानी होवेगी। थैंक यू। धन्यवाद है उधर जिन्हें भी दानी सज्जन है जिन्होंने इस टूरनामेंट कमेटी नूं बड़ी माइक सहायता दिती है, जिन्होंने सहयोग दिता मेरे वीरां दा धन्नवाद है, उन्हों का भी जिहड़ा माण सन्मान किया जा रहा है। उधर सरदार पूरन सिंह दे पोतरे ने बाबा गुरचरण सिंह जी सुलहाणी वाले,
जिन्होंने एक गत्का टीम तैयार की उन्होंने भी बहुत बहुत धन्यवाद है। वाकई अज मेरे भीरो गत्क दे जोर इस धरती से आए साल की तरह हर रंग भरिया जा रहा है। तो नाल ही कबड्डी 65 किलो भार वर्ग दियां दोहे टीम फाइनल मुकाबले के लिए पुज जाण ग्राउंड दे विच। इस तो बाद हाँ जी हरप्रीत सिंह ढिल्लों हरिंदर का भतीजा जे साडी आवाज सुनदा तो वी स्टेज ते पहुंच के अपना सम्मान चिन्ह हासिल करे। हरप्रीत सिंह ढिल्लों